ਇਮਰਾਨ ਖਾਨ ਕਹਿੰਦਾ ਵਾ ਸੂਤ ਕਰ ਲਈਏ, ਦੂਸਰੀਆਂ ਪਾਰਟੀਆਂ ਨੀ ਮੰਨਣ ਡਈਆਂ। ਅੱਛਾ, ਆਹੋ, ਉਹ ਕਹਿੰਦੇ ਨਹੀਂ ਅਗੋ ਚਾਰ ਜੱਫੇ ਹੋਰ ਲਾ ਲਈਏ। ਬਹੁਤ ਕੰਮ ਮਹਿੰਗਾ ਜੀ, ਇੱਧਰ ਮਹਿੰਗਾਈ ਬਹੁਤ ਆ, ਬਹੁਤ ਜ਼ਿਆਦਾ ਮਹਿੰਗਾਈ। ਹਾਂ, ਤੁਹਾਡੇ ਨਾਲ ਸੁਲਾ ਹੋ ਜਾਵੇ ਤੇ ਕੰਮ ਚੰਗਾ ਹੀ ਆ। ਨਹੀਂ, ਸੁਲਾ ਕਰ ਲਿਆ, ਆਪਾਂ ਹੁਣੇ ਸੁਲਾ ਕਰ ਲੈਣੇ। ਲਿਓ ਲਓ ਜੀ, ਆਹ ਹਿੰਦੁਸਤਾਨ ਤੇ ਪਾਕਿਸਤਾਨ ਨੇ ਸੁਲਾ ਕਰ ਲਈ ਆ। ਹਾਂਜੀ, ਤੇ ਖਾਦ ਦੀਆਂ ਕੋਈ ਗੱਡੀਆਂ 2-4 ਘਲਾਓ। ਰੇਲ ਗੱਡੀਆਂ? ਹਾਂ, ਰੇਲ ਗੱਡੀ ਟ੍ਰੇਨ ਨਾ ਆਈ ਜਾਂਦੀ। ਤੁਸੀਂ ਅੱਗੋਂ ਲੀਹ ਪੁੱਟ ਛੱਡੀ ਇਹਦੇ ਗੱਡੀਆਂ ਵਾਲੀ? ਆਹੋ, ਇਹ ਤਾਂ ਹੋਇਆ ਹੈ, ਉਹ ਖਰੇ ਪੁੱਟ ਪੱਟ ਕੇ ਵੇਚ ਲਈ। ਬਾਰਡਰ ਤੋਂ ਨਹੀਂ, ਇੱਧਰ ਇੱਧਰ ਬੰਨੇ ਬੋਰੀਆਂ ਸੁੱਟ ਦਿੰਦੇ ਤੋ, ਉੱਥੋਂ ਫਿਰ ਅਸੀਂ ਚੁੱਕ ਲਵਾਂਗੇ, ਤੁਸੀਂ ਇੱਧਰ ਸੁੱਟ ਦਿਆ ਕਰੋ। ਐਵੇਂ ਨਹੀਂ ਹੁੰਦਾ, ਬਾਰਡਰ ਖੋਲ ਕੇ ਫਿਰ ਪਿਆਰ ਨਾਲ ਹੀ ਗੱਲ ਚੱਲਦੀ ਆ। ਪਿਆਰ ਤਾਂ ਕਰਾਂਗੇ ਫਿਰ, ਹੁਣ ਜਿੰਨਾ ਚਿਰ ਹਕੂਮਤ ਆ ਫਸੀ ਆ ਆਪਸ ਵਿੱਚ, ਹੁਣ ਤਾਂ ਫਸੀ ਆ। ਜੇ ਉਧਰੋਂ ਵੈਸੇ DAP ਆਵੇ ਤੇ ਤੁਹਾਨੂੰ ਬੜੀ ਸਸਤੀ ਪਵੇਗੀ। ਹਾਂਜੀ, ਬਹੁਤ ਸਸਤੀ ਪਵੇਗੀ DAP ਖਾਦ ਜਿਹੜੀ। ਆ ਦੱਸੋ, ਪਾਵਰ ਵੀ ਜ਼ਿਆਦਾ, ਰੌਲਾ ਪਾਓ ਨਾ, ਸਰਕਾਰਾਂ ਨੂੰ ਕਹੋ ਵਪਾਰ ਸ਼ੁਰੂ ਕਰੋ ਸਾਡਾ। ਹਾਂਜੀ, ਹੈ ਨਾ, ਉਹ ਤਾਂ ਕਰਾਂਗੇ ਹੁਣ ਇਹਨਾਂ ਨੂੰ।